ਮੁਸਲਿਮ ਸ਼ਰੀਫ ਦੀ ਹਦੀਸ ਹੈ, ਇਮਾਮ ਮੁਸਲਿਮ ਨੇ ਸਹੀ ਮੁਸਲਿਮ ਦੇ ਅੰਦਰ ਹਦੀਸ ਨਕਲ ਕੀਤੀ ਹੈ। ਹਦੀਸ ਨੰਬਰ ਹੈ 2617। ਕਿੰਨੀ? 2600। ਇਹ ਵੀ ਬੜੀ ਸਬਕ ਮੌਜ਼ ਹਦੀਸ ਜੇ, ਬੜੀ ਇਬਰਤ ਵਾਲੀ ਹਦੀਸ ਜੇ, ਔਰ ਸਬਕ ਮਿਲੇਗਾ। ਇਮਾਮ ਮੁਸਲਿਮ ਕਹਿੰਦੇ ਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੈਂ ਇੱਕ ਬੰਦੇ ਨੂੰ ਵੇਖਿਆ ਕਿ ਜੰਨਤ ਵਿੱਚ ਪਿਆ ਫਿਰਦਾ। ਕਿੱਥੇ? ਬੋਲਿਓ, ਕਿੱਥੇ? ਜੰਨਤ ਦੀ ਸੈਰ ਪਿਆ ਕਰਦਾ। ਜਿੱਥੇ ਉਹਦਾ ਦਿਲ ਕਰਦਾ ਪਿਆ ਉਹ ਜਾ ਰਿਹਾ, ਘੁੰਮਦਾ ਪਿਆ, ਕੋਈ ਪਰੇਸ਼ਾਨੀ ਨਹੀਂ, ਕੋਈ ਟੈਨਸ਼ਨ ਨਹੀਂ। ਸਹਾਬਾ ਨੇ ਅਰਜ਼ ਕੀਤੀ, ਯਾ ਰਸੂਲੱਲਾਹ, ਉਹਦਾ ਕਿਹੜਾ ਅਮਲ ਸੀ ਜਿਹਦੀ ਵਜ੍ਹਾ ਤੋਂ ਜੰਨਤ ਦੀਆਂ ਸੈਰਾਂ ਪਿਆ ਕਰਦਾ? ਇੱਧਰ ਸੁਣੋ, ਬੜੀ ਵੱਡੀ ਗੱਲ ਜੇ ਹਦੀਸ ਦੇ, ਹਦੀਸ ਦਾ ਮਫਹੂਮ। ਰਸੂਲੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਉਹ ਬੰਦਾ ਸੀ, ਰਸਤੇ ਦੇ ਅੰਦਰ ਇੱਕ ਦਰਖਤ ਲੱਗਾ ਸੀ। ਕੀ ਲੱਗਾ ਸੀ? ਰਸਤੇ ਦੇ ਅੰਦਰ ਇੱਕ ਦਰਖਤ ਲੱਗਾ ਸੀ। ਉਹ ਦਰਖਤ ਜਿਹੜਾ ਨਾ, ਉਹ ਆਉਣ ਜਾਣ ਵਾਲਿਆਂ ਵਾਸਤੇ ਮੁਸ਼ਕਲ ਪੇਸ਼ ਕਰਦਾ ਸੀ, ਆਉਣ ਜਾਣ ਵਾਲਿਆਂ ਵਾਸਤੇ ਰੁਕਾਵਟ ਸੀ। ਉਸ ਬੰਦੇ ਨੇ ਰਸਤੇ ਵਿੱਚੋਂ ਉਹ ਦਰਖਤ ਵੱਢ ਛੱਡਿਆ, ਉਹਨੂੰ ਕੱਟ ਛੱਡਿਆ। ਅੱਲਾ ਨੇ ਇਸ ਨੇਕੀ ਦਾ ਸਦਕਾ ਉਹਨੂੰ ਜੰਨਤ ਅਤਾ ਫਰਮਾ ਛੱਡੀ ਹੈ। ਇਹਦੇ ਤੋਂ ਸਬਕ ਵੀ ਕੀ ਮਿਲਿਆ ਕਿ ਰਸਤਾ ਸਾਫ, ਰਸਤਾ ਠੀਕ। ਕਈ ਬੰਦੇ ਜਿਹੜੇ ਨਾ ਆਪਣੇ ਬੂਹੇ ਅੱਗੇ ਕੰਢੇ ਸੁੱਟ ਛੱਡਦੇ ਨੇ। ਕਈ ਬੰਦੇ ਇੱਧਰ ਤਵੱਜੋ ਕਰੋ, ਇਹ ਸਾਡੇ ਵਾਸਤੇ ਸਬਕ ਹੈ। ਬਾਰਿਸ਼ ਹੋਵੇ ਨਾ, ਬਾਰਿਸ਼, ਇਹ ਸਾਡਾ ਮਾਸ਼ਾਅੱਲਾ ਬੜਾ ਪਾਣੀ ਇੱਥੇ ਖੜ੍ਹਾ ਹੁੰਦਾ, ਅਤੇ ਬਾਰਿਸ਼ ਹੋਵੇ ਨਾ, ਪਾਣੀ ਖਲੋਤਾ ਹੋਵੇ, ਅਤੇ ਜਿੱਥੋਂ ਕੋਈ ਥੋੜ੍ਹਾ ਕੁ ਖੁਸ਼ਕ ਹੋਵੇ ਨਾ, ਵੀ ਚਲੋ ਬੰਦਾ ਪੈਰ ਲੰਘ ਕੇ, ਉੱਥੇ ਸਾਡੇ ਬੰਦੇ ਕੀ ਕਰਦੇ ਨੇ, ਅੱਗੇ ਪੱਥਰ ਰੱਖ ਛੱਡਦੇ ਨੇ, ਚਲੋ ਹਾਂ ਪਾਣੀ ਦੇ ਵਿੱਚੋਂ ਦੀ ਲੰਘੋ। ਤੁਹਾਡੀ ਕੀ ਜ਼ਰੂਰਤ ਹੈ ਸਾਡੇ ਬੂਹੇ ਦੇ ਅੱਗੋਂ ਦੀ ਖੁਸ਼ਕੀ ਤੋਂ ਤੁਸੀਂ ਲੰਘ ਜਾਓ? ਭਾਵੇਂ ਕੋਈ ਨਮਾਜ਼ੀ ਹੈ ਅਤੇ ਭਾਵੇਂ, ਹੁਣ ਜਿਹੜਾ ਬੰਦਾ ਪੰਜ ਵਕਤ ਦਾ ਨਮਾਜ਼ੀ ਹੈ, ਪਾਣੀ ਬੂਹੇ 'ਤੇ ਖਲੋਤਾ ਸੜਕ 'ਤੇ, ਅਤੇ ਜੇ ਦੋ ਕਦਮ ਉਹਦੇ ਬੂਹੇ ਦੇ ਅੱਗੋਂ ਦੀ ਸੁੱਕੀ ਜਗ੍ਹਾ ਤੋਂ ਬੰਦੇ ਲੰਘ ਜਾਣਗੇ ਤਾਂ ਉਹਦਾ ਕੀ ਜਾਏਗਾ? ਉਹ ਵੀ ਰਸਤਾ ਬੰਦ। ਰਸਤਾ ਬੰਦ ਕਰਨ ਵਾਲਾ ਬੰਦਾ ਜਹੰਮੀ ਹੈ, ਲੋਕਾਂ ਨੂੰ ਰਸਤੇ ਤੋਂ ਪਰੇਸ਼ਾਨ ਕਰਨ ਵਾਲਾ ਬੰਦਾ ਗੁਨਾਹਗਾਰ ਹੈ, ਅਤੇ ਜਿਹੜਾ ਰਸਤਾ ਸਾਫ ਕਰਦਾ, ਜਿਹੜਾ ਰਸਤੇ ਨੂੰ ਠੀਕ ਕਰਦਾ, ਉਹ ਜੰਨਤੀ ਹੈ। ਮੈਂ ਹਦੀਸ ਪੇਸ਼ ਕੀਤੀ ਹੈ, ਕੋਸ਼ਿਸ਼ ਕਰੋ। ਇਹ ਛੋਟੀ ਜਿਹੀ ਨੇਕੀ, ਰਸਤੇ ਵਿੱਚ ਬੰਦਾ ਜਾਂਦਾ ਹੋਵੇ ਨਾ, ਇੱਟ ਪਈ ਹੋਵੇ ਬੰਦੇ, ਨਾ ਮੋਟਰਸਾਈਕਲ ਵਾਲੇ ਬੰਦੇ ਨੂੰ, ਚਲੋ ਕਾਰ ਵਾਲਾ ਤਾਂ ਲੰਘ ਜਾਂਦਾ, ਮੋਟਰਸਾਈਕਲ ਵਾਲਾ ਬੰਦਾ ਕਈ ਵਾਰੀ ਫੈਮਿਲੀ ਦੇ ਨਾਲ ਇੱਟ ਵੱਟੇ ਤੋਂ ਵੀ ਡਿੱਗ ਪੈਂਦਾ, ਉਹ ਟਾਇਰ ਤਿਲਕ ਜਾਂਦਾ, ਬੰਦਾ ਸਲਿੱਪ ਹੋ ਗਿਆ, ਡਿੱਗ ਪਿਆ। ਅਤੇ ਅਗਰ ਤੁਸੀਂ ਫਿਰ ਸੜਕ 'ਤੇ ਜਾਂਦੇ ਹੋ, ਕੋਈ ਵੱਟਾ ਰਾਹ 'ਚ ਪਿਆ, ਉਹਨੂੰ ਚੁੱਕ ਕੇ ਸਾਈਡ 'ਤੇ ਰੱਖ ਛੱਡਿਆ, ਤਾਂ ਕੀ ਤੁਹਾਡਾ ਗਿਆ? ਕੋਈ ਪੈਸੇ ਲੱਗੇ ਨੇ ਜੀ? ਕੋਈ ਮਿਹਨਤ ਲੱਗੀ ਹੈ? ਲੇਕਿਨ ਉਹ ਸਕਦਾ ਤੁਹਾਡਾ ਉਹ ਵੱਟਾ ਰੋੜਾ ਰਾਹ 'ਚ ਚੁੱਕਣਾ ਤੁਹਾਡੇ ਵਾਸਤੇ ਜੰਨਤ ਦਾ ਸਬੱਬ ਬਣ ਜਾਏ। ਰਾਹਾਂ ਦੇ ਅੱਗੇ ਕੰਢੇ ਨਹੀਂ ਸੁੱਟੀ ਦੇ। ਸਾਡਾ ਕੀ ਹੁੰਦਾ? ਇੱਧਰ ਵੇਖੋ, ਪਿੰਡਾਂ ਥਾਵਾਂ ਤੁਸੀਂ ਟੁਰ ਜਾਓ, ਪੰਜਾਂ ਸੱਤਾਂ ਘਰਾਂ ਦਾ ਵਹਿਣੀ ਦਾ ਪਾਣੀ ਸੜਕ 'ਤੇ ਪਿਆਉਂਦਾ। ਕਿੱਥੇ ਪਿਆਉਂਦਾ? ਹੁਣ ਕੋਈ ਨਮਾਜ਼ੀ ਪਿਆ ਲੰਘਦਾ, ਕੋਈ ਉੱਧਰ ਜਨਾਬ ਪਿਆ ਲੰਘਦਾ, ਜਿਹੜਾ ਮਰਜ਼ੀ ਕੋਈ ਮਹਿਮਾਨ ਹੈ, ਸੜਕ ਹੀ ਇੰਜਦੀ ਹੈ, ਰਾਹ ਹੀ ਇੰਜਦਾ। ਜੇ ਕਿਸੇ ਨੇ ਕਿਹਾ ਨਾ ਭਾਅ ਜੀ ਨਾਲਾ ਬਣਾ ਲਓ, ਅਤੇ ਸੜਕ 'ਚ ਉਹ ਆਉਂਦਾ, ਤੇਰੀ ਅਸੀਂ ਦੀ ਤਾਂ ਅਸੀਂ, ਤੂੰ ਕੌਣ ਹੈ ਮੈਨੂੰ ਕਹਿਣ ਵਾਲਾ? ਤੇਰੇ ਪਿਓ ਦੀ ਸੜਕ ਹੈ, ਇਹ ਸ਼ਾਮਲਾਟ ਹੈ, ਇਹ ਸਾਰਿਆਂ ਦਾ ਰੋਡ ਹੈ। ਉਹ ਯਾਰ ਸਾਰਿਆਂ ਦਾ ਰੋਡ ਤਾਂ ਇਸ ਵਾਸਤੇ ਵੇ ਕਿ ਤੁਸੀਂ ਆਪਣੇ ਘਰ ਦਾ ਪਾਣੀ ਵੀ ਰੋਡ 'ਤੇ ਸੁੱਟੋ, ਆਪਣੇ ਘਰ ਦਾ ਪਾਣੀ ਵੀ ਤੁਸੀਂ ਚਿੱਕੜ ਪੇਅ ਦੇ ਅੱਗੇ ਕਰੋ, ਇਹ ਆਪਣੇ ਘਰ ਵੀ ਜਾ ਕੇ ਦੱਸੋ। ਸਾਡੀਆਂ ਮਾਵਾਂ ਭੈਣਾਂ ਬੀਬੀਆਂ ਅਗਰ ਕੋਈ ਇੰਜ ਕਰਦਾ ਨਾ, ਤਾਂ ਉਹਨੂੰ ਮਨ੍ਹਾ ਕਰੋ, ਉਹਨੂੰ ਕਹੋ ਜੀ ਪੁੱਤਰ ਇੰਜ ਨਹੀਂ ਕਰਨਾ, ਰਸਤਾ ਸਾਫ ਰੱਖਣਾ ਇਸਲਾਮ ਕਹਿ ਰਿਹਾ, ਇਹ ਕੁਰਾਨ ਕਹਿ ਰਿਹਾ, ਨਬੀ ਪਾਕ ਦੀ ਹਦੀਸ ਹੈ, ਰਸਤੇ 'ਤੇ ਗੰਦ ਨਹੀਂ ਪਾਉਣਾ। ਕਈ ਵਾਰੀ ਸਾਡੀਆਂ ਬੀਬੀਆਂ ਕੀ ਕਰਦੀਆਂ ਨੇ, ਘਰ ਦਾ ਸਾਰਾ ਕੂੜਾ ਚੁੱਕ ਕੇ ਅਤੇ ਪੇਅ 'ਚ ਸੁੱਟ ਛੜਿਆ, ਸੜਕ 'ਤੇ ਸੁੱਟ ਛੜਿਆ। ਇਹ ਇਸਲਾਮ ਨਹੀਂ, ਇਹ ਮੁਸਲਮਾਨੀ ਨਹੀਂ। ਇੰਜ ਅੱਲਾ ਨਾਰਾਜ਼ ਹੁੰਦਾ, ਅੱਲਾ ਦਾ ਰਸੂਲ ਨਾਰਾਜ਼ ਹੁੰਦਾ। ਰਸਤੇ ਤੋਂ ਕੰਢਾ ਚੁੱਕ, ਤੈਨੂੰ ਇਬਾਦਤ ਦਾ ਸਵਾਬ ਹੈ। ਰਸਤਾ ਸਾਫ ਕਰ, ਮਿੱਟੀ ਪਾ ਦੇ,
ਤੈਨੂੰ ਸਵਾਬ ਹੈ। ਅਸੀਂ ਮਿੱਟੀ ਪਾਉਣ ਦੀ ਬਜਾਏ ਜਿਹੜੀ ਪਈ ਹੁੰਦੀ ਉਹ ਵੀ ਚੁੱਕ ਲੈ ਜਾਂਦੇ ਹਾਂ, ਰਾਹ ਦੀਆਂ ਇੱਟਾਂ ਵੀ ਚੁੱਕ ਕੇ ਲੈ ਜਾਂਦੇ ਹਾਂ। ਇੰਝ ਨਹੀਂ, ਅਗਰ ਇਮਾਨ ਹੈ, ਮੁਸਲਮਾਨ ਹੈ, ਕਲਮਾ ਪੜ੍ਹਿਆ, ਕਲਮਾ ਗੋਵੇਂ, ਤਾਂ ਫਿਰ ਇੰਝ ਦੇ ਕੰਮ ਕਰ ਜਿਹਦੇ ਨਾਲ ਇਨਸਾਨੀਅਤ ਨੂੰ ਫਾਇਦਾ ਹੋਵੇ, ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ। ਅੱਲਾ ਪਾਕ ਇਹਨਾਂ ਸਾਰਾ ਚੀਜ਼ਾਂ 'ਤੇ ਸਾਨੂੰ ਸਾਰਿਆਂ ਨੂੰ ਅਮਲ ਦੀ ਤੌਫੀਕ ਅਤਾ ਫਰਮਾਏ। ਹਜ਼ਰਾਤ ਜੀ